मेरी बहू भी है ਤੇ ਬੇਟੀ ਵੀ ਆ ਕੀ ਬਾਤ ਹੈ ਲੜਦੇ ਲੜਦੇ ਤਾਂ ਨਹੀਂ ਤੁਸੀਂ ਕਹਿੰਦੇ ਨੂਸ ਨੂਸ ਆਦਾ ਰਿਸ਼ਤਾ ਪਿਆਰ ਵੀ ਤੇ ਨੌਕ ਜਾਊਗੀ ਬਹੂ ਵੀ ਆ ਤੇ ਬੇਟੀ ਵੀ ਆ ਕੀ ਬਾਤ ਹੈ ਤੋ ਇਹ ਮਤਲਬ ਨੂ ਸਾਹਿਬ ਦਾ ਢਾਬਾ ਹੋ ਗਿਆ ਜੀ ਹਾਂਜੀ ਨੌ ਸਾਹਿਬ ਦਾ ਢਾਬਾ ਕੀ ਬਾਤ ਹੈ ਜੀ ਦੋਨੋਂ ਮਿਲ ਕੇ ਸਵਾਸਵਾ ਰੋਟੀਆਂ ਖਵਾ ਰਹੇ ਹੋ ਹਾਂਜੀ ਤੇ ਜਲੰਧਰ ਵਾਲਿਆਂ ਨੂੰ ਦੀਵਾਨਾ ਕਰਤਾ ਤੁਸੀਂ ਹਾਂਜੀ ਹਾਂਜੀ ਹੋ ਗਏ ਆ ਜੀ ਇਹ ਕੀ ਬਣਾ ਰਹੇ ਆਂਟੀ ਇਹ ਆਲੂ ਦਾ ਪਰੌਂਠਾ ਜੀ ਤੇ ਆਲੂ ਪਰੌਂਠਾ ਵੀ ਮਿਲ ਜਾਏਗਾ ਹਾਂਜੀ ਕੀ ਬਾਤ ਹੈ ਜੀ ਉੱਪਰ ਮੱਖਣ ਮਾਰ ਕੇ ਪੂਰਾ ਹਾਂਜੀ ਹਾਂਜੀ ਨਾਲ ਦਹੀਂ ਜੇ ਨਾਲ ਦਹੀਂ ਵੀ ਹੈ ਹਾਂਜੀ ਇੱਥੇ ਕਿੰਨੇ ਵਜੇ ਆ ਜਾਂਦੇ ਹੋ ਅਸੀਂ ਸਵੇਰੇ 7 ਵਜੇ ਆ ਜਾਂਦੇ ਹਾਂ ਅੱਛਾ ਸਵੇਰੇ 7 ਵਜੇ ਆ ਜਾਂਦੇ ਹਾਂ ਤੇ ਕਿੰਨੇ ਵਜੇ ਤੱਕ ਰਹਿੰਦਾ ਇੱਥੇ 7 ਵਜੇ ਤੱਕ ਤੇ ਸ਼ਾਮ ਤੱਕ ਰਹਿੰਦਾ ਜੀ ਹਾਂਜੀ ਸ਼ਾਮ ਤੱਕ 12 ਘੰਟੇ ਦੀ ਡਿਊਟੀ ਹੈ ਤੁਹਾਡੀ ਹਾਂਜੀ ਹਾਂਜੀ ਤੇ ਥਕਾਵਟ ਨਹੀਂ ਹੁੰਦੀ ਹੁੰਦੀ ਥੋੜੀ ਬੋਦੀ ਹੁੰਦੀ ਆ ਪਹਿਲੇ 2-4 ਦਿਨ ਤੇ ਬਹੁਤ ਜ਼ਿਆਦੀ ਹੋਈ ਪਰ ਹੁਣ ਸਹੀ ਹੋ ਗਿਆ ਵਾ ਓਕੇ ਕੰਮ ਕਰ ਕਰਕੇ ਠੀਕ ਹੋ ਗਿਆ ਤੁਸੀਂ ਹਾਂਜੀ ਹਾਂਜੀ ਕੀ ਬਾਤ ਦੱਸੋ ਇਹ ਦੇਖਿਆ ਜੀ ਪਰਾਂਠੇ ਦੇ ਪਰਾਂਠੇ ਲੱਗਦੇ ਪਏ ਆ ਔਰ ਉਧਰ ਦੇਖਿਆ ਜੀ ਨਾਲ ਲੋਕੀ ਬੈਠੇ ਹੋਏ ਆ ਖਾਣ ਨੂੰ ਪੂਰਾ ਰਸ਼ ਲੋਕੀ ਕਾਰਾਂ 'ਚ ਵੀ ਖਾ ਰਹੇ ਆ ਤੇ ਖੜੇ ਹੋ ਕੇ ਵੀ ਖਾ ਰਹੇ ਆ ਦੱਸੋ ਦੇਖੋ ਜੀ ਦਹੀਂ ਵੀ ਮਿਲ ਜਾਏਗਾ ਇੱਧਰ ਠੰਡਾ ਠੰਡਾ ਚਿਲ ਤਬੀਆਂ ਕਿਹੜੇ ਕਿਹੜੇ ਆਂਟੀ ਉਹ ਦਿਖਾਇਓ ਇਹ ਆਲੂ ਗੋਭੀ ਸਬਜ਼ੀ ਹੈ ਇਹ ਹੈ ਜੀ ਆਲੂ ਗੋਭੀ ਪ੍ਰੋਪਰ ਮਸਾਲੇਦਾਰ ਲੱਗ ਰਿਹਾ ਆਂਟੀ ਆਪ ਬਣਾਉਂਦੇ ਹੋ ਹਾਂਜੀ ਹਾਂਜੀ ਸਾਰੀਆਂ ਆਪ ਬਣਾਉਂਦੇ ਜੀ ਘਰ ਦਾ ਹੀ ਮਸਾਲਾ ਜੇ ਤੇ ਘਰ ਦੇ ਮਸਾਲੇ ਸਾਰੇ ਘਰ ਦਾ ਮਸਾਲਾ ਬਣਾਇਆ ਕੀ ਬਾਤ ਹੈ ਜੀ ਦਾਲ ਕੀ ਬਾਤ ਹੈ ਕਿਹੜੀ ਦਾਲ ਹੁੰਦੀ ਹੈ ਆਂਟੀ ਇਹ ਮਾਸ਼ਾਅੱਲਾ ਦੀ ਜੇ ਇਹ ਸੇਮ ਹੀ ਹੁੰਦੀ ਰੋਜ਼ ਕਿ ਬਦਲਦੇ ਆ ਨਹੀਂ ਨਹੀਂ ਬਦਲ ਕੇ ਕਦੀ ਕੜੀ ਬਣਾਉਂਦੇ ਜੇ ਕਦੀ ਰਾਜਮਾ ਕਦੀ ਚਿੱਟੇ ਚਣੇ ਅੱਛਾ ਜੀ ਤੇ ਰੋਜ਼ ਸਬਜ਼ੀਆਂ ਚੇਂਜ ਹੁੰਦੀਆਂ ਹਾਂ ਹਾਂਜੀ ਚੇਂਜ ਦੋ ਸਬਜ਼ੀਆਂ ਹੁੰਦੀਆਂ ਰੋਜ਼ ਹਾਂਜੀ ਔਰ ਨਾਲ ਆ ਕੇ ਜੀ ਚਾਵਲ ਚਾਵਲ ਪਰੌਂਠੇ ਖਾਓ ਰੋਟੀ ਖਾਓ ਸਬਜ਼ੀ ਖਾਓ ਚਾਵਲ ਖਾਓ ਜੋ ਮਰਜ਼ੀ ਖਾਓ ਇੱਥੇ ਜੋ ਮਰਜ਼ੀ ਖਾਓ ਹਰ ਚੀਜ਼ ਮਿਲ ਜਾਏਗੀ ਇੱਥੇ ਹਾਂਜੀ ਕੈਂਟੀ ਚਾਹ ਵੀ ਮਿਲ ਜਾਏਗੀ ਇੱਥੇ ਹਾਂਜੀ ਹਾਂਜੀ ਚਾਹ ਵੀ ਮਿਲ ਜਾਏਗੀ ਕੀ ਬਾਤ ਹੈ ਦੋਸਤੋ ਦੇਖਿਆ ਚਾਹ ਦਾ ਸਮਾਨ ਓਹੋ ਜ਼ਬਰਦਸਤ ਕਿੰਨੇ ਦੀ ਰਹਿੰਦੀ ਹੈ ਚਾਹ 10 ਰੁਪਏ ਦੀ 10 ਰੁਪਏ ਦਾ ਕੱਪ ਰਹਿੰਦਾ ਦੋਸਤੋ ਹਰ ਚੀਜ਼ ਇੱਧਰ ਮਿਲ ਜਾਏਗੀ ਔਰ ਇਹ ਦੇਖਿਏ ਜੀ ਦੇਖਦੇ ਦੇਖੇ ਆ ਗਿਆ ਜੀ ਉੱਪਰ ਪਰਾਂਠਿਆਂ ਦੇ ਉੱਪਰ ਬਟਰ ਬਟਰ ਮਾਰ ਕੇ ਇੱਥੇ ਤੁਹਾਨੂੰ ਪਰਾਂਠੇ ਮਿਲਣਗੇ ਬਹੁਤ ਹੀ ਵਧੀਆ ਲੱਗ ਰਿਹਾ ਜੀ ਔਰ ਦੀਦੀ ਨਾਲ ਨਾਲ ਕਰ ਰਿਹਾ ਜੀ ਪੂਰੀ ਹੈਲਪ ਬਹੁਤ ਵਧੀਆ ਲੱਗ ਰਿਹਾ ਜੀ ਦੇਖ ਕੇ ਪਰੌਂਠੇ ਆਂਟੀ ਇੱਥੇ ਕਿੰਨੇ ਤਰ੍ਹਾਂ ਦੇ ਰਹਿੰਦੇ ਆਲੂ ਗੋਭੀ ਪਨੀਰ ਸਾਰੇ ਮਿਲ ਜਾਣਗੇ ਹਾਂਜੀ ਸਾਰੇ ਪਿਆਜ਼ ਦਾ ਗੋਭੀ ਦਾ ਕਿੰਨੇ ਦਾ ਸ਼ੁਰੂ ਹੋ ਜਾਂਦਾ ਇਹ 20 ਰੁਪਏ ਤੋਂ ਸ਼ੁਰੂ ਹੁੰਦਾ 20 ਰੁਪਏ ਤੋਂ ਪਰਾਂਠਾ ਸ਼ੁਰੂ ਹੋ ਜਾਂਦਾ ਔਰ ਨਾਲ ਮੈਡਮ ਬਣਾਉਂਦੇ ਆ ਪਰੌਂਠੇ ਤੇ ਲੜਦੇ ਲੜਦੇ ਤਾਂ ਨਹੀਂ ਤੁਸੀਂ ਕਹਿੰਦੇ ਨਾ ਨੂਸ ਨੂਸ ਆਦਾ ਰਿਸ਼ਤਾ ਪਿਆਰ ਵੀ ਤੇ ਨੌਕ ਜਾਊਗੀ ਅੱਜ ਦੇਖੋ ਜੀ ਕੋਈ ਦਿੱਕਤ ਨਹੀਂ ਆਈ ਕੀ ਬਾਤ ਆਣੀ ਵੀ ਨਹੀਂ ਚਾਹੀਦੀ ਆਣੀ ਪਿਆਰ ਵਾਲੀ ਨੌਕ ਤਾਂ ਚਲੋ ਚੱਲਦੀਆਂ ਰਹਿੰਦੀਆਂ ਹਾਂਜੀ ਹਾਂਜੀ ਜੀ ਤੇ 900 ਸਿੰਗਲ ਅਸੀਂ ਸਹੇਲੀਆਂ ਆ ਕੀ ਬਾਤ ਹੈ ਜੀ ਸਾਰੇ ਰਿਸ਼ਤੇ ਦਾ ਇਦਾਂ ਹੀ ਹੋਣੇ ਚਾਹੀਦੇ ਆ ਦੋਸਤਾਂ ਵਾਲਾ ਇਹਦੀ ਸਪੀਡ ਬਣ ਗਈ ਤੁਹਾਡੀ ਹਾਂਜੀ ਕਿਦਾਂ ਲੱਗ ਰਿਹਾ ਜੀ ਫੈਮਿਲੀ ਨਾਲ ਕੰਮ ਕਰਕੇ ਬਸ ਜੀ ਬਹੁਤ ਵਧੀਆ ਸਪੋਰਟ ਕਰਦੇ ਆ ਸਭ ਦੀ ਸਾਰੇ ਮੈਂ ਦੇਖ ਪਾ ਰਿਹਾ ਤੁਹਾਡੀ ਫੈਮਿਲੀ ਸਾਰੀ ਸਪੋਰਟਿੰਗ ਹੈ ਹਾਂਜੀ ਹਾਂਜੀ ਤੇ ਫੈਮਿਲੀ ਸਪੋਰਟਿੰਗ ਮਿਲ ਜਾਏ ਤਾਂ ਬਹੁਤ ਵਧੀਆ ਲੱਗਦਾ ਹੈ ਕਿਉਂ ਦੀਦੀ ਹਾਂਜੀ ਹਾਂਜੀ ਸਹੀ ਗੱਲ ਹੈ ਮੇਨ ਫੈਮਿਲੀ ਹੁੰਦੀ ਫੈਮਿਲੀ ਸਾਨੂੰ ਵਧੀਆ ਮਿਲ ਗਈ ਬਸ ਬਿਲਕੁਲ ਜੀ ਹੋਰ ਕੀ ਚਾਹੀਦਾ ਉਹ ਆਪਣੀ ਰਿਸਪੌਂਸਿਬਿਲਟੀ ਨਿਭਾ ਰਹੇ ਤੁਸੀਂ ਆਪਣੀ ਹਾਂਜੀ ਥੱਕ ਜਾਂਦੇ ਹੋਣੇ ਦੀਦੀ ਗਰਮੀ ਬਹੁਤ ਹੈ ਪਸੀਨਾ ਪਸੀਨਾ ਮੈਂ ਹੀ ਹੋ ਗਿਆ ਤੇ ਖੜੇ ਖੜੇ 10 ਮਿੰਟ ਹੋਏ ਆ ਕੰਮ ਤੇ ਔਖਾ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਂਦੇ ਬਿਲਕੁਲ ਬਿਲਕੁਲ ਸਹੀ ਗੱਲ ਔਰ ਬਹੁਤ ਜਾਇਜ਼ ਪੈਸੇ ਆ ਤੁਸੀਂ ਖਾਣਾ ਖਿਲਾ ਰਹੇ ਹੋ ਬਹੁਤ ਵਧੀਆ ਲੱਗਾ ਜੀ ਦੇਖ ਕੇ ਸਾਡੇ ਕੋ ਆਟੋ ਆਟੋ ਵਾਲੇ ਸਭ ਆਉਂਦੇ ਖਾਣ ਜੀ ਅਚੋ ਵੀ ਆਉਂਦੇ ਆ ਹਾਂਜੀ ਹਾਂਜੀ ਪੱਕੀ ਹੋ ਗਿਆ ਡੇ ਅੱਛਾ ਫਿਕਸ ਕਸਟਮਰ ਬਣ ਗਿਆ ਤੁਹਾਡੇ ਤੇ ਜਿਹਨੇ ਆਣਾ ਇੱਥੇ ਹੀ ਖਾਣਾ ਹਾਂਜੀ ਹਾਂਜੀ ਸਾਡੀ ਚਾਹ ਬੜਾ ਫੇਮਸ ਹੈ ਇੱਥੇ ਅੱਛਾ ਚਾਹ ਫੇਮਸ ਹੈ ਫੇਰ ਤਾਂ ਚਾਹ ਜ਼ਰੂਰ ਟਰਾਈ ਕਰਨੀ ਪੈਣੀ ਹੈ ਚਾਹ ਪੀ ਕੇ ਦੇਖਿਓ ਤੁਸੀਂ ਕੀ ਬਾਤ ਹੈ ਇਹੋ ਜਿਹਾ ਕੀ ਖਾਸ ਪਾਉਂਦੇ ਹੋ ਜੀ ਪਿਆਰ ਤੋਂ ਇਲਾਵਾ ਅੱਜ ਕੱਲ ਸਾਰਾ ਜਵਾਬ ਹੁੰਦਾ ਪਿਆਰ ਪਾਉਂਦੇ ਆ ਮੈਂ ਪਹਿਲਾਂ ਹੀ ਕਹਿਤਾ ਪਿਆਰ ਤੋਂ ਇਲਾਵਾ ਉੱਚ ਪਏਗੀ ਖੰਡ ਪਏਗੀ ਘਰ ਦਾ ਮਸਾਲਾ ਸਾਡਾ ਉਹ ਘਰ ਦੇ ਮਸਾਲੇ ਦਾ ਤੇ ਨਾਲ ਜਿਹੜਾ ਨੂਸ ਸਾਸੇ ਇਕੱਠੇ ਦਾ ਪਿਆਰ ਹੈ ਨਾ ਉਹ ਵੀ ਚ ਲੱਗਦਾ ਚਾਹ ਚ ਮਾਵਾਤੀਆਂ ਮਾਵਾਤੀਆਂ ਦਾ ਕੀ ਬਾਤ ਹੈ ਮਜ਼ਾ ਆ ਗਿਆ ਜੀ ਬਸ ਇੱਕ ढाबा चला रही है बहुत वधिया लगा जी देख के नूह सास दी थाली तैयार है जी ते किन्ने दी रहेगी जी हां नूह सास नहीं मावा दी है थाली तैयार है ते किन्ने दी रहेगी आंटी जी 50 रुपए दी 50 रुपए दी थाली है हां जी 5 फुलके आवणगे गरम गरम फुलका मिलेगा 5 फुलके ते 2 सब्जियां नाल सैलड ते नाल अचार हां जी हां क्या बात है ते इनु खाली किधर आना जी एड्रेस की है जी हाडा जी एमडी मॉल ਪੈਟਰੋਲ ਪੰਪ ਦੇ ਜਸਟ ਬਾਹਰ ਹੈ ਜੀ।